ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਮਿੰਦਰ ਐਮ ਸੀ ਆਪਣੇ ਬਠਿੰਡਾ ਨਾਮਦੇਵ ਰੋਡ 22 ਨੰਬਰ ਵਾਰਡ ਤੋਂ। ਮੈਨੂੰ ਇੱਕ ਅਚਾਨਕ ਪਤਾ ਲੱਗਿਆ ਸੀ ਵੀ ਆਪਣੇ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵਿਅਕਤੀ ਮੁੰਡੇ ਦੀ ਮੌਤ ਹੋ ਚੁੱਕੀ ਸੀਗੀ, ਠੀਕ ਹੈ, ਅਤੇ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ, ਜਿਨ੍ਹਾਂ ਦਾ ਵਿਚਾਰਾਂ ਦਾ ਲੱਕਣਾ ਵਾਸਤੇ ਵੀ ਜਿਨ੍ਹਾਂ ਕੋਲ ਪੈਸੇ ਨਹੀਂ ਸੀਗੇ, ਇੰਨੀ ਗਰੀਬੀ ਨਾਲ ਗੁਜ਼ਰ ਰਹੇ ਸੀ। ਅਤੇ ਮੈਂ ਆਪਣੇ ਦੋਸਤ ਜੋ ਕਿ ਗੁਰਕਮਾਲ ਸਿੰਘ ਢਿੱਲੋਂ USA ਸ਼ਹਿਰ ਵਿੱਚ ਰਹਿੰਦੇ ਹੈ, ਉਹਨਾਂ ਨਾਲ ਮੈਂ ਇਹ ਗੱਲ ਸ਼ੇਅਰ ਕੀਤੀ। ਉਹਨਾਂ ਨੇ ਮੇਰੇ ਵੀਰ ਨੇ ਮੈਨੂੰ 5000 ਰੁਪਇਆ ਉੱਥੋਂ ਭੇਜਿਆ ਵੀ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ, ਅਤੇ ਵੀ ਅਸੀਂ ਆਪਦੀ ਜਿਹੜੀ ਨੇਕ ਕਮਾਈ ਦੇ ਵਿੱਚੋਂ ਕੁਛ ਹਿੱਸਾ ਇੱਥੇ ਭੇਜੀ ਵੀ ਇਹਨਾਂ ਦੇ ਪਰਿਵਾਰ ਨੂੰ ਜਿਹੜੇ 1-2 ਮਹੀਨੇ ਦਾ ਰਾਸ਼ਨ ਹੈ ਕਿ ਉਹ ਦਿੱਤਾ ਜਾ ਸਕੇ, ਜਿਹਦੇ ਨਾਲ ਮਾੜਾ ਮੋਟਾ ਜਿੰਨੀ ਕੁ ਆਪਾਂ ਹੈਲਪ ਹੋ ਸਕਦੀ ਹੈ ਉਹ ਕਰ ਸਕੀਏ। ਆਪਾਂ ਇਹਨਾਂ ਦੇ ਪਰਿਵਾਰ ਦਾ ਐਡਾ ਵੱਡਾ ਜਿਹੜਾ ਦੁੱਖ ਇਹਨਾਂ ਨੂੰ ਲੱਗਿਆ ਉਹ ਬਣਾ ਤਾਂ ਨਹੀਂ ਸਕਦੇ, ਕਿਉਂਕਿ ਜੋ ਪਰਿਵਾਰ ਦੇ ਵਿੱਚ ਜੋ ਜੀ ਚਲਾ ਜਾਂਦਾ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ, ਪਰਮਾਤਮਾ ਦਾ ਭਾਣਾ ਹੈ। ਪਰ ਆਪਾਂ ਉਹਨਾਂ ਨਾਲ ਕੁਛ ਉਹਨਾਂ ਦੀ ਹੈਲਪ ਕਰਕੇ ਘੱਟੋ ਘੱਟ ਇਹ ਤਾਂ ਮਹਿਸੂਸ ਕਰ ਸਕਦੇ ਵੀ ਚਲੋ ਜਿਹੜਾ ਉਹਨਾਂ ਦਾ ਔਖਾ ਟਾਈਮ ਥੋੜ੍ਹਾ ਸੌਖਾ ਲੰਘ ਸਕੇ। ਅਤੇ ਉਹਨਾਂ ਦੇ ਫਾਦਰ ਸਾਹਿਬ ਹੈ ਜਿਹੜਾ ਮੁੰਡੇ ਦੀ ਮੌਤ ਹੋਈ ਉਹ 30 ਸਾਲ ਦੀ ਉਮਰ ਸੀ, ਜਿਹਨਾਂ ਨੂੰ ਅਚਾਨਕ ਹੀ ਕੋਈ ਸਰੀਰ ਦੇ ਵਿੱਚ ਪ੍ਰੋਬਲਮ ਆ ਗਈ ਅਤੇ ਉਹਦੇ ਨਾਲ ਉਹਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਉਹਨਾਂ ਦੇ ਆਹ ਮਦਰ ਸਾਹਿਬ ਮਾਤਾ ਜੀ ਬੈਠੇ ਇਹਨਾਂ ਦੇ, ਠੀਕ ਹੈ, ਅਤੇ ਘਰ ਦੇ ਵਿੱਚ ਮਤਲਬ ਕਿ ਕਮਾਈ ਦਾ ਕੋਈ ਸਾਧਨ ਨਹੀਂ ਹੈ, ਇਹ ਵਿਚਾਰੇ ਖੁਦ ਕਿਰਾਏ 'ਤੇ ਬੈਠੇ ਹੈ 2-3 ਦਿਨਾਂ ਨਾਲ, ਉਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਉਹਨਾਂ ਦੇ ਬੱਚੇ ਦਾ ਭੋਗ ਵੀ ਪਾਉਣਾ ਹੈ, ਤਾਂ ਮਤਲਬ ਕਿ ਵੀ ਕੋਈ ਵੀ ਇਹੋ ਜਿਹਾ ਕੋਈ ਵੀ ਸਾਧਨ ਨਹੀਂ ਹੈ ਜਿਹਨਾਂ ਕਰਕੇ ਵੀ ਇਹ ਉਹਦਾ ਲਾਸਟ ਮਤਲਬ ਭੋਗ ਵਗੈਰਾ ਵੀ ਪਾ ਸਕਣ। ਪਰ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਵੀ ਜਿਵੇਂ ਇਹਨਾਂ ਨੇ ਸਰਵ ਹਿਊਮਨਿਟੀ ਸਰਵ ਗੋਡ ਜੋ ਕਿ ਇੱਕ ਸੰਸਥਾ ਜੋ ਅਮਰੀਕਾ ਕੈਨੇਡਾ ਅਤੇ ਚੰਡੀਗੜ੍ਹ ਦੇ ਲੋਕਾਂ ਦੁਆਰਾ ਚਲਾਈ ਗਈ ਹੈ, ਠੀਕ ਹੈ, ਉਹਨਾਂ ਨੇ ਹੈਲਪ ਕੀਤੀ ਹੈ, ਮੈਂ ਅੱਗੇ ਸਾਰੇ ਲੋਕਾਂ ਕੋਲ ਇਹੀ ਅਰਦਾਸ ਕਰੂੰਗਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਆਪਦੇ ਨੇਕ ਕਮਾਈ ਦੇ ਵਿੱਚ ਪੈਸੇ ਦਿਓ, ਤਾਂ ਹੋ ਸਕਦਾ ਹੈ ਵੀ ਆਪਾਂ ਕੁਛ ਨਾ ਕੁਛ ਇਹਨਾਂ ਦੀ ਮਦਦ ਕਰ ਸਕੀਏ। ਆਹ ਕੁਛ ਸਮਾਨ ਜੋ ਅਸੀਂ ਲੈ ਕੇ ਆਏ ਉਹਨਾਂ ਵਿੱਚ ਆਟਾ ਘਿਓ ਹੈ, 50 ਕਿਲੋ ਖੰਡ ਹੈ, ਅਤੇ ਆਹ ਇਹਦੇ ਵਿੱਚ ਜ਼ਰੂਰੀ ਵਸਤਾਂ ਜੋ ਆਪਣੇ ਘਰ ਦੀਆਂ ਰਾਸ਼ਨ ਪਾਣੀ ਹੈ, ਇਹ ਮੈਂ ਤੁਹਾਨੂੰ ਦਿਖਾ ਰਿਹਾ। ਆਹ ਦੇਖੋ ਜਿਵੇਂ ਆ ਆਪਾਂ ਰਸੋਈ ਦਾ ਸਮਾਨ, ਲੂਣ ਮਿਰਚਾਂ, ਹਲਦੀ, ਸਾਬਣਾ, ਤੇਲ ਦੀ ਬੋਤਲ, ਆਹ ਦਾਲਾਂ ਵਗੈਰਾ ਸਾਰੀਆਂ ਇਹਦੇ ਵਿੱਚ ਆਪਾਂ ਸਾਰੀਆਂ ਰੱਖੀਆਂ ਹੋਈਆਂ, ਠੀਕ ਹੈ, 4-5 ਤਰ੍ਹਾਂ ਦੀਆਂ ਦਾਲਾਂ ਹੈਗੀਆਂ ਇਹਦੇ ਵਿੱਚ, ਠੀਕ ਹੈ। ਇਹ ਆ ਸਾਰਾ ਸਮਾਨ ਘਰੋਂ ਦੀ ਵਰਤੋਂ ਵਾਸਤੇ ਵੀ ਘੱਟੋ ਘੱਟ ਵੀ ਵਿਚਾਰਿਆਂ ਦਾ ਜਿਹੜਾ 1-2 ਮਹੀਨਿਆਂ ਦਾ ਇਹਨਾਂ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਚੱਲ ਸਕੇ। ਮੈਂ ਅੱਗੇ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਘੱਟੋ ਘੱਟ ਤੁਸੀਂ ਆਪ ਇਹ ਵੀਡੀਓ ਦੇਖੋ ਤਾਂ ਤੁਹਾਨੂੰ ਪਤਾ ਲੱਗੇ ਵੀ ਇਹ ਬਹੁਤ ਗਰੀਬ ਪਰਿਵਾਰ ਆ ਵਿਚਾਰੇ, ਬਹੁਤ ਗਰੀਬੀ ਰੇਖਾ 'ਚ ਰਹਿ ਰਹੇ ਆ। ਉਹਨਾਂ ਦੇ ਪਿਤਾ ਜੀ ਜੋ ਰਿਕਸ਼ਾ ਚਲਾਉਂਦੇ ਸੀ ਉਹਨਾਂ ਨੂੰ ਵੀ ਅੱਜ ਕੱਲ੍ਹ ਦਮੇ ਦੀ ਪ੍ਰੋਬਲਮ ਹੈ ਵੀ ਉਹ ਵੀ ਕੰਮ ਨਹੀਂ ਕਰ ਰਹੇ ਇਸ ਟਾਈਮ, ਠੀਕ ਹੈ। ਤਾਂ ਮੈਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਵੀ ਅਰਦਾਸ ਕਰੂੰਗਾ ਵੀ ਘੱਟੋ ਘੱਟ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਇਹਨਾਂ ਦਾ ਕੁਛ ਨਾ ਕੁਛ ਸਹਾਰਾ ਬਣ ਸਕੀਏ। ਬਹੁਤ ਬਹੁਤ ਧੰਨਵਾਦ।